इस वेले दी वड्डी खबर मोहाली तो आ रही है जिथे पंजाब दे बिजली मंत्री नवजोत सिंह सिद्धू दे खिलाफ पोस्टर लगे ने ते इन्हां पोस्टरां दे विच नवजोत सिंह सिद्धू तो राजनीति छड्डण दी मांग कीती गई है। जिक्रयोग है कि नवजोत सिंह सिद्धू दे वल्लों लोकसभा चोणां दे दौरान राहुल गांधी दे हक च रायबरेली च कीती गई रैली दे विच इक वड्डा बयान दित्ता गया सी कि जेकर राहुल गांधी अमेठी तो सीट हारदे ने तां नवजोत सिंह सिद्धू राजनीति छड्ड देणगे ते हुण इसे ही गल नूं लै के मोहाली दे विच नवजोत सिंह सिद्धू दे खिलाफ पोस्टरां दे उत्ते ਇਹ ਲਿਖਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਹੁਣ ਰਾਜਨੀਤੀ ਛੱਡ ਦੇਣ। ਜ਼ਿਕਰਯੋਗ ਹੈ ਕਿ ਆਪਣੇ ਵਿਭਾਗ ਦੇ ਵਿੱਚ ਹੋਏ ਫੇਰਬਦਲ ਨੂੰ ਲੈ ਕੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਵਜੋਤ ਸਿੰਘ ਸਿੱਧੂ ਲਗਾਤਾਰ ਨਾਰਾਜ਼ ਚੱਲ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਬੀਤੇ ਦਿਨੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇੱਕ ਚਿੱਠੀ ਵੀ ਸੌਂਪੀ ਗਈ ਸੀ ਜਿਸਦਾ ਅਜੇ ਜਵਾਬ ਆਉਣਾ ਬਾਕੀ ਹੈ। ਪਰ ਉਸ ਤੋਂ ਪਹਿਲਾਂ ਹੀ ਹੁਣ ਮੋਹਾਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪੋਸਟਰ ਲੱਗੇ ਨੇ ਜਿਨ੍ਹਾਂ ਦੇ ਵਿੱਚ ਸਿੱਧੂ ਤੋਂ ਰਾਜਨੀਤੀ ਛੱਡਣ ਦੀ ਮੰਗ ਕੀਤੀ ਗਈ ਹੈ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ।